ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਗਣਵਾੜੀ ਸੁਪਰਵਾਈਜ਼ਰ ਦੇ ਪੇਪਰ ਦੀ ਤਿਆਰੀ ਇਸ ਚੈਨਲ ਦੇ ਉੱਤੇ ਚੱਲ ਰਹੀ ਹੈ ਜੇ ਤੁਸੀਂ ਹਾਲੇ ਤੱਕ ਸਪੈਸ਼ਲ ਗਰੁੱਪ ਦੇ ਵਿੱਚ ਐਡ ਨਹੀਂ ਹੋਏ ਤਾਂ ਐਡ ਜ਼ਰੂਰ ਹੋ ਜਿਓ ਟੈਲੀਗ੍ਰਾਮ ਦੇ ਉੱਤੇ ਕਿਵੇਂ ਐਡ ਹੋਣਾ ਉਹ ਮੈਂ ਤੁਹਾਨੂੰ ਅੱਗੇ ਦੱਸ ਦਿੰਨਾ ਇਸ ਵੀਡੀਓ ਵਿੱਚ ਮੈਂ ਮੌਕ ਟੈਸਟ ਲੈ ਕੇ ਆਇਆ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਦਬਾ ਲਓ ਚਲੋ ਆਪਾਂ ਪਹਿਲਾਂ ਇਸ ਮੌਕ ਟੈਸਟ ਨੂੰ ਸ਼ੁਰੂ ਕਰਦੇ ਹਾਂ ਇਸ ਮੌਕ ਟੈਸਟ ਦੇ ਵਿੱਚ 20 ਕੁਐਸਚਨ ਹੋਣਗੇ ਠੀਕ ਹੈ ਸਾਰੇ ਜਾਣਿਆਂ ਨੇ ਵੀਡੀਓ ਦੇ ਐਂਡ ਵਿੱਚ ਦੱਸਣਾ ਹੈ ਕਿ ਤੁਹਾਡੇ ਕਿੰਨੇ ਆਨਸਰ ਸਹੀ ਹੋਏ ਕਮੈਂਟ ਕਰਕੇ 20 ਵਿੱਚੋਂ ਠੀਕ ਹੈ ਸਾਰੇ ਹੀ ਇੰਪੋਰਟੈਂਟ ਕੁਐਸਚਨ ਮੈਂ ਪਾਏ ਆ ਇਸ ਟੈਸਟ ਦੇ ਵਿੱਚ ਫਰਸਟ ਕੁਐਸਚਨ ਹੈ ਕਿਹੜਾ ਆਰਟੀਕਲ ਸ਼ੁਰੂਆਤੀ ਬਚਪਨ ਦੀ ਦੇਖਭਾਲ ਅਤੇ ਸਿੱਖਿਆ ਲਈ ਪ੍ਰਵੰਧ ਦਿੰਦਾ ਹੈ ਕਿਹੜਾ ਆਰਟੀਕਲ ਬਚਪਨ ਦੀ ਦੇਖਭਾਲ ਅਤੇ ਸਿੱਖਿਆ ਲਈ ਪ੍ਰਵੰਧ ਦਿੰਦਾ ਹੈ ਰਾਈਟ ਆਨਸਰ ਹੈ ਆਰਟੀਕਲ 45 ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹ ਤੁਹਾਨੂੰ ਪੇਪਰ ਦੇ ਵਿੱਚ ਆਉਣ ਦੇ ਪੂਰੇ ਪੂਰੇ ਚਾਂਸ ਹੈ। ਨੈਕਸਟ ਕੁਐਸਚਨ ਹੈ ਸਿੱਖਿਆ ਬਾਰੇ ਰਾਸ਼ਟਰੀ ਨੀਤੀ ਨੂੰ ਪਾਰਲੀਮੈਂਟ ਦੁਆਰਾ ਕਿਸ ਸਾਲ ਪ੍ਰਵਾਨਗੀ ਦਿੱਤੀ ਗਈ ਸੀ? ਇਸ ਕੁਐਸਚਨ ਦਾ ਅਨਸਰ ਦੱਸਣ ਤੋਂ ਪਹਿਲਾਂ ਮੈਂ ਤੁਹਾਡੇ ਲਈ ਇੱਕ ਸਪੈਸ਼ਲ ਅਨਾਉਂਸਮੈਂਟ ਕਰਨੀ ਹੈ। ਜੇ ਤੁਸੀਂ ਚਾਈਲਡ ਕੇਅਰ ਐਂਡ ਡਿਵੈਲਪਮੈਂਟ ਦੇ ਨੋਟਸ ਪਲੱਸ ਮੌਕ ਟੈਸਟ ਲੈਣਾ ਚਾਹੁੰਦੇ ਹੋ। ਮੌਕ ਟੈਸਟ ਤੁਹਾਨੂੰ ਸਾਰੇ ਸਿਲੇਬਸ ਦੇ ਅਕੋਰਡਿੰਗ ਸਾਰੇ ਸਬਜੈਕਟਾਂ ਦੇ ਮਿਲਣਗੇ। ਠੀਕ ਹੈ? 5 ਮੌਕ ਟੈਸਟ ਮਿਲਣਗੇ। ਪਲੱਸ ਚਾਈਲਡ ਕੇਅਰ ਐਂਡ ਡਿਵੈਲਪਮੈਂਟ ਦਾ ਥਿਊਰੀ ਪਲੱਸ MCQ ਤੁਹਾਨੂੰ ਮਿਲਣਗੇ ਇਕੱਲੇ ਇਕੱਲੇ ਟੌਪਿਕ ਦੇ ਚਾਈਲਡ ਕੇ ਡਿਵੈਲਪਮੈਂਟ ਦੇ ਵਿੱਚ ਜਿੰਨੇ ਵੀ ਟੌਪਿਕਸ ਹੈ ਠੀਕ ਹੈ ਪੀਡੀਐਫ ਮੈਂ ਤੁਹਾਨੂੰ ਦਿਖਾ ਦਿੰਨਾ ਤੇ ਜੇ ਤੁਸੀਂ ਇਹਨਾਂ ਨੂੰ ਲੈਣਾ ਚਾਹੁੰਦੇ ਹੋ ਤਾਂ ਮੇਰੇ ਇਸ ਨੰਬਰ ਦੇ ਉੱਤੇ Google Pay PhonePe ਜਾਂ Paytm ਕਰਕੇ ਲੈ ਸਕਦੇ ਹੋ ਹਰਮਨਦੀਪ ਸਿੰਘ ਮੇਰਾ ਨਾਮ ਹੈ ਠੀਕ ਹੈ ਇਹੀ ਮੇਰਾ WhatsApp ਦੇ ਉੱਤੇ ਨੰਬਰ ਹੈ ਇਸ ਦੇ ਉੱਤੇ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਪੇਮੈਂਟ ਕਰਕੇ 200 ਦੇ ਵਿੱਚ ਤੁਹਾਨੂੰ ਇਹ ਸਾਰਾ ਕੁਝ ਹੈ ਮਿਲੇਗਾ ਚਾਈਲਡ ਕੇਅਰ ਐਂਡ ਡਿਵੈਲਪਮੈਂਟ ਦੇ ਨੋਟਸ ਪਲੱਸ ਮੌਕ ਟੈਸਟ ਤਿੰਨ ਮੌਕ ਟੈਸਟ ਪੀਡੀਐਫ ਦੇ ਨਾਲ ਮਿਲਣਗੇ ਦੋ ਮੌਕ ਟੈਸਟ ਅ ਦੋ ਜਾਂ ਤਿੰਨ ਦਿਨ ਬਾਅਦ ਦੇ ਦਿੱਤੇ ਜਾਣਗੇ ਠੀਕ ਹੈ ਸੋ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਇਸ ਦਾ ਸਕਰੀਨਸ਼ਾਟ ਲੈ ਲਓ ਇਸ ਮੌਕ ਟੈਸਟ ਨੂੰ ਲੈਣ ਤੋਂ ਬਾਅਦ ਮੈਨੂੰ ਵਟਸਐਪ ਦੇ ਉੱਤੇ ਮੈਸੇਜ ਕਰ ਲਿਓ ਇੱਕ ਵਾਰੀ ਮੈਂ ਤੁਹਾਨੂੰ ਦਿਖਾ ਵੀ ਦਿੰਨਾ ਬਾਕੀ ਜਿਹੜੇ ਵੀ ਐਡ ਨਹੀਂ ਹੋਏ ਸਪੈਸ਼ਲ ਗਰੁੱਪ ਦੇ ਵਿੱਚ ਉਹ ਵੀ ਮੈਨੂੰ ਮੈਸੇਜ ਜ਼ਰੂਰ ਕਰ ਨੀਸ ਨੰਬਰ ਦੇ ਉੱਤੇ ਵਟਸਐਪ ਦੇ ਉੱਤੇ ਮੈਂ ਤੁਹਾਨੂੰ ਸਪੈਸ਼ਲ ਗਰੁੱਪ ਦੇ ਵਿੱਚ ਐਡ ਕਰ ਦੂੰਗਾ ਉਸ ਗਰੁੱਪ ਦੇ ਵਿੱਚ ਤੁਹਾਨੂੰ ਪਲੇਲਿਸਟ ਮਿਲ ਜਾਈਗੀ ਅਤੇ ਆਗਨਵਾੜੀ ਸੁਪਰਵਾਈਜ਼ਰ ਦਾ ਸਿਲੇਬਸ ਮਿਲ ਜੇਗਾ ਠੀਕ ਹੈ ਬਾਕੀ ਮੈਂ ਹੋਰ ਇੰਪੋਰਟੈਂਟ ਇਨਫੋਰਮੇਸ਼ਨ ਉਸ ਗਰੁੱਪ ਦੇ ਵਿੱਚ ਪਾਉਣਾ ਹੈ ਆਹ ਸਾਰੇ ਟੌਪਿਕਸ ਚਾਈਲਡ ਕੇਅਰ ਐਂਡ ਡਿਵੈਲਪਮੈਂਟ ਦੇ ਇਸ ਦੇ ਵਿੱਚ ਕਵਰ ਕੀਤੇ ਗਏ ਹਨ ਜਿਸ ਦੇ ਵਿੱਚ ਪੂਰਾ ਇੰਡੈਕਸ ਬਣਾਇਆ ਗਿਆ ਹੈ ਪੇਜ ਨੰਬਰ ਦਿੱਤਾ ਗਿਆ ਇਕੱਲੇ ਇਕੱਲੇ ਟੌਪਿਕ ਦਾ ਠੀਕ ਹੈ ਪਹਿਲਾਂ ਤੁਹਾਨੂੰ ਥਿਊਰੀ ਮਿਲੇਗੀ ਉਸ ਤੋਂ ਬਾਅਦ MCQ ਮਿਲਣਗੇ ਠੀਕ ਹੈ ਜਿਹੜੇ ਮੋਕ ਟੈਸਟ ਹੈ ਇਹਨਾਂ ਦੇ ਵਿੱਚ ਪਹਿਲਾ ਕੁਐਸਚਨ ਹੋਣਗੇ ਤੁਸੀਂ 100 100 ਨੰਬਰ ਦੇ ਇਹ ਸਾਰੇ ਕੁਐਸਚਨ ਹੋਣਗੇ ਮਤਲਬ 100 ਕੁਐਸਚਨ ਹੋਣਗੇ ਤੁਸੀਂ ਪਹਿਲਾਂ ਇਹਨਾਂ ਨੂੰ ਖੁਦ ਸੋਲਵ ਕਰਨਾ ਹੈ ਆਨਸਰ ਖੁਦ ਦੇਣੇ ਉਸ ਤੋਂ ਬਾਅਦ نیچے ਆਨਸਰ ਕੀ ਹੋਏਗੀ ਠੀਕ ਹੈ ਇਸ ਦੇ ਵਿੱਚ ਸਾਰੇ ਸਬਜੈਕਟ ਪਾਏ ਗਏ ਹਨ ਸਿਲੇਬਸ ਦੇ ਅਕੋਰਡਿੰਗ ਜੀਕੇ ਰੀਜ਼ਨਿੰਗ ਮੈਥ ਠੀਕ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਨੂੰ ਮੈਥ ਤੇ ਰੀਜ਼ਨਿੰਗ ਦਾ ਨੀਚੇ ਸੋਲੂਸ਼ਨ ਵੀ ਮਿਲੇਗਾ ਠੀਕ ਹੈ ਸਾਰੇ ਸਬਜੈਕਟਸ ਦੇ ਵਿੱਚ ਕਵਰ ਕਰ ਦਿੱਤੇ ਗਏ ਆ ਇਹ ਦੇਖ ਲਓ ਆਨਸਰ ਕੀ ਹੋਗੀ ਉਸ ਤੋਂ ਬਾਅਦ ਮੈਥ ਰੀਜ਼ਨਿੰਗ ਦਾ ਇਹ ਸੋਲੂਸ਼ਨ ਠੀਕ ਹੈ ਇਹ ਪੰਜਾ ਮੋਕ ਟੈਸਟਾਂ ਵਿੱਚ ਤੁਹਾਨੂੰ ਇਹ ਸਾਰਾ ਕੁਝ ਦਿੱਤਾ ਜਾਏਗਾ ਪਲੱਸ ਚਾਈਲਡ ਕੇਅਰ ਐਂਡ ਡਿਵੈਲਪਮੈਂਟ ਦੇ ਨੋਟਸ ਪਲੱਸ ਐਮਸੀਕਿਊ ਠੀਕ ਹੈ ਇਹ ਸਾਰਾ ਕੁਝ ਸਿਰਫ ਤੇ ਸਿਰਫ ਤੁਹਾਨੂੰ 200 ਰੁਪੀਸ ਵਿੱਚ ਮਿਲੇਗਾ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਮੈਨੂੰ ਵਟਸਐਪ ਦੇ ਉੱਤੇ ਮੈਸੇਜ ਕਰ ਸਕਦੇ ਹੋ ਇਸ ਦਾ ਸਕਰੀਨਸ਼ਾਟ ਲੈ ਲਓ ਇਹ ਹੀ ਮੇਰਾ WhatsApp ਦੇ ਉੱਤੇ ਨੰਬਰ ਹੈ ਇਹ Google Pay PhonePe ਤੇ Paytm ਦੇ ਉੱਤੇ ਆ ਹਰਮਨਦੀਪ ਸਿੰਘ ਨਾਮ ਆਏਗਾ ਜਦੋਂ ਪੇਮੈਂਟ ਕਰੋਗੇ ਠੀਕ ਹੈ 200 ਦੇ ਵਿੱਚ ਤੁਹਾਨੂੰ ਇਹ ਮਿਲਣਗੇ ਸਾਰਾ ਕੁਝ ਠੀਕ ਹੈ ਸੋ ਇਸ ਦਾ ਅਨਸਰ ਦੱਸੋ ਰਾਈਟ ਅਨਸਰ ਕੀ ਹੈ ਇਸ ਦਾ ਸਿੱਖਿਆਵਾਰੀ ਰਾਸ਼ਟਰੀ ਨੀਤੀ ਨੂੰ ਕਿਸ ਸਾਲ ਪ੍ਰਵਾਨਗੀ ਦਿੱਤੀ ਗਈ ਪਾਰਲੀਮੈਂਟ ਚ ਇਸ ਦਾ ਰਾਈਟ ਆਨਸਰ ਹੋ ਜਾਏਗਾ অপਸ਼ਨ D 1985 ਦੇ ਵਿੱਚ ਨੈਕਸਟ ਕੁਐਸਚਨ ਹੈ ਬੱਚੇ ਦੇ ਵਿਕਾਸ ਅਤੇ ਵਿਕਾਸ ਦੇ ਅਧਿਐਨ ਕਰਨ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ ਵਿਕਾਸ ਵਿਧੀ অপਸ਼ਨ C ਨੈਕਸਟ ਕੁਐਸਚਨ ਇੱਕ ਦ੍ਰਿਸ਼ਟੀਹੀਨ ਬੱਚੇ ਲਈ ਸਿੱਖਣ ਲਈ ਕਿਸ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਸਾਰੇ ਕੁਐਸਚਨ ਤੁਹਾਨੂੰ ਜੋ ਮੈਂ ਤੁਹਾਡਾ ਨੋਟਸ ਬਣਾਏ ਆ ਤੁਹਾਡੇ ਲਈ ਉਸ ਦੇ ਵਿੱਚ ਸਾਰੇ ਕੁਐਸਚਨ ਨੇ ਤੁਹਾਨੂੰ ਮਿਲ ਜਾਣਗੇ ਜੋ ਮੈਂ ਤੁਹਾਨੂੰ ਕਰਵਾ ਰਿਹਾ ਹਾਂ ਇਸ ਦਾ ਰਾਈਟ ਆਨਸਰ ਹੈ ਬਰੇਲ ਲਿਪੀ অপਸ਼ਨ ਹੈ ਸੀ ਪੰਜਾਬ ਰਾਜ ਬਾਲ ਸੁਰੱਖਿਆ ਕਮਿਸ਼ਨ ਕਦੋਂ ਬਣਾਇਆ ਗਿਆ ਇਹ ਕੁਐਸਚਨ ਮੈਂ ਟੈਲੀਗ੍ਰਾਮ ਦੇ ਉੱਤੇ ਪੋਲ ਦੇ ਵਿੱਚ ਪਾਇਆ ਸੀ ਇਸ ਦਾ ਆਨਸਰ ਬਹੁਤ ਠੀਕਾ ਕੈਂਡੀਡੇਟਸ ਨੇ ਸਹੀ ਦਿੱਤਾ ਏ ਇਸ ਦਾ ਰਾਈਟ ਆਨਸਰ ਹੈ 2011 ਦੇ ਵਿੱਚ ਠੀਕ ਹੈ ਬਹੁਤ ਸਾਰਿਆਂ ਨੇ ਆਨਸਰ 2005 ਵੀ ਦਿੱਤਾ ਜੋ ਕਿ ਗਲਤ ਹੈ 2011 ਦੇ ਵਿੱਚ ਪੰਜਾਬ ਦੇ ਵਿੱਚ ਰਾਜਬਾਲ ਸੁਰੱਖਿਆ ਕਮਿਸ਼ਨ ਬਣਾਇਆ ਗਿਆ ਸੀ ਸੋ ਸਾਰੇ ਜਣੇ ਧਿਆਨ ਨਾਲ ਪੜਿਆ ਕਰੋ ਠੀਕ ਹੈ ਭਾਰਤ ਵਿੱਚ ਰਾਸ਼ਟਰੀ ਸਿਹਤ ਨੀਤੀ ਕਿਸ ਸਾਲ ਲਾਗੂ ਕੀਤੀ ਗਈ? ਨੈਸ਼ਨਲ ਹੈਲਥ ਪਾਲਿਸੀ ਕਦੋਂ ਲਾਗੂ ਕੀਤੀ ਗਈ? ਸਹੀ ਉੱਤਰ ਹੋ ਜਾਏਗਾ 2002 ਦੇ ਵਿੱਚ ਨੈਸ਼ਨਲ ਹੈਲਥ ਪਾਲਿਸੀ ਲਾਗੂ ਕੀਤੀ ਗਈ। ECCE ਪ੍ਰੋਗਰਾਮ ਦੀ ਮਿਆਦ ਡੈਸ਼ ਹੋਣੀ ਚਾਹੀਦੀ ਹੈ। ਕਿੰਨੀ ਮਿਆਦ ਹੁੰਦੀ ਹੈ? ECCE ਪ੍ਰੋਗਰਾਮ ਦੀ 3 ਤੋਂ 4 ਘੰਟੇ ਜਿਨ੍ਹਾਂ ਨੇ ਮੇਰੀਆਂ ਪੁਰਾਣੀਆਂ ਵੀਡੀਓਜ਼ ਦੇਖੀਆਂ ਐ ਜਾਂ ਜਿਨ੍ਹਾਂ ਨੇ ਨੋਟਸ ਜਿਨ੍ਹਾਂ ਕੋਲ ਹੈਗੇ ਆ ਉਹਨਾਂ ਨੂੰ ਇਸ ਦੀ ਫੁੱਲ ਫਾਰਮ ਵੀ ਪਤਾ ਹੋਣੀ ECCE ਦੀ ਠੀਕ ਹੈ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਇਸ ਦੀ ਫੁੱਲ ਫਾਰਮ ਕੁਝ ਕੈਂਡੀਡੇਟਸ ਨੂੰ ਨਹੀਂ ਪਤਾ ਹੋਣੀ ਠੀਕ ਹੈ ਸੋ ਕਮੈਂਟ ਕਰਕੇ ਦੱਸ ਦੋ ਸਭ ਨੂੰ ਪਤਾ ਲੱਗ ਜਵੇ ਸਿੱਖਣ ਦੇ ਤੱਤਾਂ ਵਿੱਚ ਸ਼ਾਮਲ ਹੈ ਸਿੱਖਣ ਦੇ ਤੱਤਾਂ ਵਿੱਚ ਕੀ ਸ਼ਾਮਲ ਹੈ ਉਪਰੋਕਤ ਸਾਰੇ ਹੁਨਰ ਵਿਵਹਾਰ ਜਾਣਕਾਰੀ ਪੋਸ਼ਣ ਤੋਂ ਊਰਜਾ ਕਿਸ ਇਕਾਈ ਵਿੱਚ ਮਾਪੀ ਜਾਂਦੀ ਹੈ ਪੋਸ਼ਣ ਤੋਂ ਊਰਜਾ ਜਿਹੜੀ ਮਿਲਦੀ ਹੈ ਉਸ ਨੂੰ ਕਿਵੇਂ ਮਾਪਿਆ ਜਾਂਦਾ ਹੈ ਕੈਲੋਰੀ ਦੇ ਵਿੱਚ ਆਪਸ਼ਨ A ਰਾਈਟ ਆਨਸਰ ਹੋ ਜਾਏਗਾ 6 ਮਹੀਨਿਆਂ ਦੀ ਉਮਰ ਤੱਕ ਇੱਕ ਨਾਬਜਮ ਨਾਬਜਮੇ ਬੱਚੇ ਅਤੇ ਛੋਟੇ ਬੱਚੇ ਲਈ ਅਰਦਰਸ਼ਪੋਸ਼ਣ ਕੀ ਹੈ ਰਾਈਟ ਆਨਸਰ ਹੈ ਮਾਂ ਦਾ ਦੁੱਧ অপਸ਼ਨ ਹੈ ਸੀ ਛੋਟੇ ਬੱਚਿਆਂ ਲਈ ਮਾਂ ਦਾ ਦੁੱਧ ਸਬਤੋ ਬਸ ਬੈਸਟ ਰਹਿੰਦਾ ਏ ਲਗਭਗ 6 ਮਹੀਨੇ ਤੱਕ ਇਹ ਦੇਣਾ ਚਾਹੀਦਾ ਏ ਮਾਂ ਦੇ ਤਣਾਅ ਦਾ ਪੱਧਰ ਗਰਭਾਸ਼ਯ ਤ ਸ਼ਿਸ਼ੂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਸਹੀ ਉੱਤਰ ਹੋ ਜੇਗਾ ਉਪਰੋਕਤ ਸਾਰੇ ਸਮੇ ਤੋਂ ਪਹਿਲਾਂ ਜਨਮ ਦਾ ਕਾਰਨ ਬਣਦਾ ਹੈ ਘਟ ਜਨਮ ਸਮੇਂ ਘੱਟ वजन ਹੁੰਦਾ ਏ ਬੱਚੇ ਦਾ ਅਤੇ ਬੱਚੇ ਦਾ ਸਵਾ ਬਦਲ ਜਾਂਦਾ ਏ ਠੀਕ ਹੈ ਸੋ ਬਹੁਤ ਅਸਰ ਪੈਂਦਾ ਏ ਮਾਂ ਦੇ ਨੇਚਰ ਦਾ ਇੱਕ ਬੱਚੇ ਦੇ ਉੱਤੇ ਦੁਨੀਆ ਭਰ ਦੇ ਬੱਚਿਆਂ ਵਿੱਚ ਅੰਨੇਪਣ ਦਾ ਮੁੱਖ ਕਾਰਨ ਕੀ ਹੈ ਸਹੀ ਉੱਤਰ ਹੈ ਵਿਟਾਮਿਨ A ਦੀ ਕਮੀ অপਸ਼ਨ ਹੈ D ਭਾਰਤ ਵਿੱਚ ਟੀਕਾਕਰਨ ਰੋਗ ਪ੍ਰਤੀਰੋਧ ਕਦੋਂ ਸ਼ੁਰੂ ਕੀਤਾ ਗਿਆ ਕਦੋਂ ਸ਼ੁਰੂ ਕੀਤਾ ਗਿਆ ਇਸ ਦਾ ਰਾਈਟ ਆਨਸਰ ਹੋ ਜੇਗਾ 1978 ਦੇ ਵਿੱਚ ਇੱਕ ਕੁਐਸਚਨ ਹੋਰ ਬਣਦਾ ਹੈ ਯੂਨੀਵਰਸਲ ਇਮਿਊਨਾਈਜੇਸ਼ਨ ਪ੍ਰੋਗਰਾਮ ਕਦੋਂ ਲਾਂਚ ਕੀਤਾ ਗਿਆ ਤਾਂ ਉਸ ਦਾ ਆਨਸਰ ਆਏਗਾ 1985 ਦੇ ਵਿੱਚ ਠੀਕ ਹੈ ਇਹ ਵੀ ਯਾਦ ਰੱਖਣਾ ਤੁਸੀਂ ਯੂਨੀਵਰਸਲ ਇਮਿਊਨਾਈਜੇਸ਼ਨ ਪ੍ਰੋਗਰਾਮ 1985 ਦੇ ਵਿੱਚ ਸ਼ੁਰੂ ਕੀਤਾ ਗਿਆ ਤੇ ਇੰਡੀਆ ਦੇ ਵਿੱਚ ਸ਼ੁਰੂ ਕੀਤਾ ਗਿਆ 1978 ਦੇ ਵਿੱਚ ਇਮਿਊਨਾਈਜੇਸ਼ਨ ਪ੍ਰੋਗਰਾਮ ਇਮਿਊਨਾਈਜੇਸ਼ਨ ਨੂੰ ਕੀ ਕਹਿੰਦੇ ਆ ਰੋਗ ਪਰਤਿਰੋਧ ਠੀਕ ਹੈ ਰਾਸ਼ਟਰੀ ਰਾਸ਼ਟਰੀ ਨਿਯੋਜਨ ਲਈ ਪਰਿਵਾਰ ਨਿਯੋਜਨ ਦੀ ਬੁਨਿਆਦੀ ਸਾਰਥਕਤਾ ਨੂੰ ਮਾਨਤਾ ਦੇਣ ਵਾਲਾ ਭਾਰਤ ਦਾ ਪਹਿਲਾ ਰਾਜ ਕਿਹੜਾ ਹੈ ਸਹੀ ਉੱਤਰ ਹੋ ਜਾਗਾ ਤਾਮਿਲਨਾਡੂ অপਸ਼ਨ ਏ ਨੈਕਸਟ ਕੁਐਸਚਨ ਹੈ ਐਨ ਆਰ ਐਚ ਐਮ ਦਾ ਪੂਰਾ ਰੂਪ ਕੀ ਹੈ? ਨੈਸ਼ਨਲ ਰੂਲਰ ਹੈਲਥ ਮਿਸ਼ਨ অপਸ਼ਨ ਏ ਭਾਰਤ ਦੀ ਸਭ ਤੋਂ ਵੱਡੀ ਰਾਸ਼ਟਰੀ ਸਿਹਤ ਸੁਰੱਖਿਆ ਯੋਜਨਾ ਡੈਸ਼ ਨਾਮ ਦੇ ਹੇਠ ਲਾਗੂ ਕੀਤੀ ਗਈ। ਕਿਸ ਨਾਮ ਦੇ ਉਤੇ ਇਹ ਯੋਜਨਾ ਲਾਗੂ ਹੋਈ? आयुष्मान भारत के दे नाम के उ योजना लागू की गई आर बी एस के प्रोग्राम है इसकी फुलफॉर्म है आर तो राष्ट्री तो बाल ਸਤ ਸਵਸਥ ਤੇ ਕੇ ਤੋਂ ਕਾਰਜਕਰਮ অপশন ਸੀ রাইট आंसर ਹੋ ਜਾਏਗਾ ਠੀਕ ਹੈ ਰਾਸ਼ਟਰੀ ਬਾਲ ਸਵਸਥ ਕਾਰਜਕਰਮ ਨੈਸ਼ਨਲ ਡੇ ਆਫ ਦਾ ਗਰਲ ਚਾਈਲਡ ਕਦੋਂ ਮਨਾਇਆ ਜਾਂਦਾ ਹੈ 11 ਅਕਤੂਬਰ ਅੰਤਰਰਾਸ਼ਟਰੀ ਬਾਲ ਰੋਦੀ ਦਿਵਸ 11 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਦਸਤ ਤੋਂ ਬਚਾ ਲਈ ਬੱਚਿਆਂ ਨੂੰ ਕਿਹੜਾ ਟੀਕਾ ਲਗਾਇਆ ਜਾਂਦਾ ਏ? ਸਹੀ ਉੱਤਰ ਹੈ ਰੋਟਾ অপਸ਼ਨ ਹੈ ਡੀ ਡਿਫਥੀਰੀਆ ਰੋਗ ਨੂੰ ਆਮ ਭਾਸ਼ਾ ਵਿੱਚ ਕੀ ਕਿਹਾ ਜਾਂਦਾ ਏ? ਡਿਫਥੀਰੀਆ ਰੋਗ ਨੂੰ ਕੀ ਕਿਹਾ ਜਾਂਦਾ ਲੈਂਗੁਏਜ ਦੇ ਵਿੱਚ? ਸਯੂਤਰ ਹੋ ਜਾਏਗਾ ਗਾਲ ਕੋਟੂ ਠੀਕ ਹੈ ਡਿਪਥੀਰੀਆ ਰੋਗ ਨੂੰ ਗਲ ਕੋਟੂ ਵੀ ਕਿਹਾ ਜਾਂਦਾ ਹੈ ਦੇਸੀ ਲੈਂਗੁਏਜ ਦੇ ਵਿੱਚ ਠੀਕ ਹੈ ਸੋ ਸਾਰੇ ਜਣੇ ਦੱਸਿਓ ਤੁਹਾਡੇ ਕਿੰਨੇ ਆਨਸਰ ਸਹੀ ਹੋਏ ਠੀਕ ਹੈ ਬਾਕੀ ਜੇ ਜੇ ਤੁਸੀਂ ਨੋਟਸ ਤੇ ਮੋਕ ਟੈਸਟ ਲੈਣੇ ਆ ਤਾਂ ਮੈਨੂੰ ਵਟਸਐਪ ਦੇ ਉੱਤੇ ਮੈਸੇਜ ਕਰ ਲਓ ਠੀਕ ਹੈ ਵੀਡੀਓ ਨੂੰ ਸ਼ੇਅਰ ਕਰਦੇ ਹੋ ਪਲੇਲਿਸਟ ਵਿੱਚ ਜਾ ਕੇ ਸਾਰੀਆਂ ਵੀਡੀਓਜ਼ ਦੇਖ ਲਿਓ ਧੰਨਵਾਦ